ਇੱਕ ਕਾਰ ਅਤੇ ਟਰੈਕਟਰ ਟਰਾਲੀ ਦੇ ਵਿੱਚ ਟੱਕਰ ਹੋਈ ਹੈ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਕਾਰ ਨੂੰ ਅਚਾਨਕ ਅੱਗ ਲੱਗ ਗਈ। ਹਾਲਾਂਕਿ ਅੱਗ ਲੱਗਣ ਦੇ ਕਾਰਨ ਕਾਰ ਸੜ ਕੇ ਸਵਾਹ ਹੋ ਗਈ ਹੈ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਕਿ ਦੇਰ ਰਾਤ ਨੂੰ ਇਹ ਭਿਆਨਕ ਹਾਦਸਾ ਵਾਪਰਿਆ, ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਇੱਕ ਤੇਜ਼ ਰਫ਼ਤਾਰ ਕਾਰ ਤੂੜੀ ਦੇ ਨਾਲ ਭਰੀ ਟਰੈਕਟਰ ਟਰਾਲੀ ਦੇ ਨਾਲ ਟਕਰਾ ਜਾਂਦੀ ਹੈ, ਜਿਸ ਤੋਂ ਬਾਅਦ ਕਾਰ ਦੇ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ। ਹਾਲਾਂਕਿ ਗਨੀਮਤ ਰਹਿੰਦੀ ਹੈ ਕਿ ਮੌਕੇ ਦੇ ਉੱਤੇ ਲੋਕਾਂ ਦੇ ਵੱਲੋਂ ਮੋਰਚਾ ਸੰਭਿਆ ਜਾਂਦਾ ਹੈ ਅਤੇ ਕਾਰ ਚਾਲਕ ਨੂੰ ਸਮਾਂ ਰਹਿੰਦੇ ਬਾਹਰ ਕੱਢ ਲਿਆ ਜਾਂਦਾ ਹੈ। ਹਾਲਾਂਕਿ ਕਿਹਾ ਜਾ ਰਿਹਾ ਕਿ ਜੋ ਕਾਰ ਦਾ ਚਾਲਕ ਸੀ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਤੂੜੀ ਦੇ ਨਾਲ ਭਰੇ ਟਰੈਕਟਰ ਟਰਾਲੀ ਨਾਲ ਕਾਰ ਦੀ ਟੱਕਰ ਹੋਈ, ਜਿਸ ਤੋਂ ਬਾਅਦ ਕਾਰ ਦੇ ਵਿੱਚ ਅਚਾਨਕ ਅੱਗ ਲੱਗ ਗਈ। ਹਾਲਾਂਕਿ ਅੱਗ ਲੱਗਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਾਰ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਅਤੇ ਇਸ ਦੇ ਨਾਲ ਹੀ ਕਿਹਾ ਜਾ ਰਿਹਾ ਕਿ ਕਰੀਬ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਕੜੀ ਮੁਸ਼ਕਤ ਤੋਂ ਬਾਅਦ ਇਸ ਅੱਗ ਦੇ ਉੱਤੇ ਕਾਬੂ ਪਾਇਆ। ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ। ਕਾਰ ਟਰੈਕਟਰ ਟਰਾਲੀ ਦੇ ਵਿੱਚ ਭੱਜੀ ਸੀ, ਅੱਗ ਲੱਗੀ ਸੀ। ਮੌਕੇ ਤੇ ਜਾ ਕੇ ਫਾਇਰ ਬ੍ਰਿਗੇਡ ਦੀ ਗੱਡੀ ਬੁਲਾ ਕੇ ਉਹਨਾਂ ਨੂੰ ਅੱਗ ਬੁਝਾਈ ਤੇ ਹਾਲੇ ਤੱਕ ਸਾਡੇ ਕੋਲ ਕੋਈ ਵੀ ਪਾਰਟੀ ਨਹੀਂ ਆਈ ਹੈਗੀ। ਜੇ ਉਹ ਆ ਗਈ ਪਾਰਟੀ ਉਹ ਜਿਹਾ ਬਿਆਨ ਲੈ ਕੇ ਜੈਸੀ ਸੂਰਤ ਅਸੀਂ ਕਾਰਵਾਈ ਕੀਤੀ ਜਾਊ। ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕਿਸੇ ਦਾ? ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈਗਾ, ਬਸ ਮਾਲੀ ਨੁਕਸਾਨ ਹੀ ਹੋਇਆ ਵਾ ਤੇ ਬਾਕੀ ਮਾੜੀ ਮੋਟੀਆਂ ਸੱਟਾਂ ਸੁੱਟਾਂ ਲੱਗੀਆਂ ਨੇ, ਉਹ ਕਿਤੇ ਹਸਪੀਟਲ 'ਚ ਆਉਣੇ। ਹਾਲੇ ਤੱਕ ਸਾਨੂੰ ਕੋਈ ਇੰਟੀਮੇਸ਼ਨ ਨਹੀਂ ਆਈ। ਜਿਹੜੀ ਲੱਗਦਾ ਗੱਡੀ ਕਿੰਨੀ ਕੁ ਦੀ ਸਪੀਡ ਹੋ ਸਕਦੀ, ਜਿਹੜੀ ਵੀ ਗੱਡੀ ਦਾ ਜੋ ਕਾਫੀ ਭਿਆਨਕ ਦੇਖਿਆ ਜਾਵੇ ਇਹਦਾ, ਤਾਂ ਹੁਣ ਮਿਲ ਕੇ ਹੀ ਪਤਾ ਲੱਗੂਗਾ ਅਗਲੇ ਨੂੰ ਵੀ ਕਿੰਨੀ ਕੁ ਤੇਜ਼ ਸੀਗੀ। ਹਲੇ ਮੌਕੇ ਤੇ ਹਲੇ ਕੋਈ ਵੀ ਇਹੋ ਜਿਹੀ ਕੋਈ ਗੱਲਬਾਤ ਪਤਾ ਨਹੀਂ ਲੱਗੀ। ਗੱਡੀ ਦੇ ਵਿੱਚ ਸਰ ਕਿੰਨੇ ਜਾਣੇ ਬੈਠੇ ਸੀਗੇ? ਗੱਡੀ ਦੇ ਵਿੱਚ ਇੱਕੋ ਹੀ ਜਾਣਾ ਸੀਗਾ, ਟਰੈਕਟਰ ਟਰਾਲੀ ਵਾਲੇ ਦਾ ਨਹੀਂ ਪਤਾ ਲੱਗ ਸਕਿਆ ਹੈਗਾ ਵੀ ਕਿੰਨੇ ਜਾਣੇ ਉੱਤੇ ਸਵਾਰ ਸੀ। ਠੀਕ ਹੈ ਜੀ। ਇਹ ਬੰਦੇ ਦਾ ਸਰ ਬਚਾਅ ਹੋ ਗਿਆ ਜਿਹਨਾਂ ਦੇ ਹੋਇਆ? ਹਾਂ, ਬੰਦੇ ਦੋਨੇ ਠੀਕ ਨੇਗੇ, ਥੋੜੀਆਂ ਬਹੁਤੀਆਂ ਸੱਟਾਂ ਸੁੱਟਾਂ ਲੱਗੀਆਂ ਨੇਗੇ ਦੋਨਾਂ ਦੇ। ਇਹ ਗੱਡੀ ਸਰ ਹੈ ਕਿੱਥੇ, ਕਿੱਥੋਂ ਆਈ ਸੀ ਤੇ ਕਿੱਥੇ ਜਾ ਰਹੀ ਸੀਗੀ? ਇਹ ਚੰਡੀਗੜ੍ਹ ਵਾਲੀ ਸਾਈਡ ਤੋਂ ਆਈ ਸੀ। ਅੱਗੋਂ ਵਾਲੇ ਕੋਈ ਵੀ ਬੰਦਾ ਸਾਨੂੰ ਉੱਥੇ ਮੌਕੇ ਤੇ ਨਹੀਂ ਮਿਲਿਆ ਤੇ ਤਾਂ ਕਰਕੇ ਹਲੇ ਪਤਾ ਨਹੀਂ ਲੱਗ ਸਕਿਆ ਵੀ ਇਹਨਾਂ ਨੇ ਅੱਗੋਂ ਕਿੱਥੇ ਜਾਣਾ ਸੀ। ਆਈ ਚੰਡੀਗੜ੍ਹ ਤੋਂ ਸਾਈਡ ਤੋਂ ਸੀ, ਟਰੈਕਟਰ ਟਰਾਲੀ ਜਮਾਲਪੁਰ ਪਿੰਡ ਵਾਲੀ ਸਾਈਡ ਤੋਂ ਕ੍ਰੋਸ ਕਰਨ ਲੱਗਿਆ ਸੀ ਸੜਕ। ਸਰ ਕਿੰਨੀਆਂ ਕੁ ਗੱਡੀਆਂ ਲੱਗੀਆਂ ਫਾਇਰ ਬ੍ਰਿਗੇਡ ਦੀਆਂ? ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਆ ਗਈਆਂ ਮੌਕੇ ਤੇ। ਠੀਕ ਹੈ ਸਰ। ਇੱਕ ਕਾਰ ਅਤੇ ਟਰੈਕਟਰ ਟਰਾਲੀ ਦੇ ਵਿੱਚ ਟੱਕਰ ਹੋਈ ਹੈ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਕਾਰ ਨੂੰ ਅਚਾਨਕ ਅੱਗ ਲੱਗ ਗਈ। ਹਾਲਾਂਕਿ ਅੱਗ ਲੱਗਣ ਦੇ ਕਾਰਨ ਕਾਰ ਸੜ ਕੇ ਸਵਾਹ ਹੋ ਗਈ ਹੈ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਕਿ ਦੇਰ ਰਾਤ ਨੂੰ ਇਹ ਭਿਆਨਕ ਹਾਦਸਾ ਵਾਪਰਿਆ, ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਇੱਕ ਤੇਜ਼ ਰਫ਼ਤਾਰ ਕਾਰ ਤੂੜੀ ਦੇ ਨਾਲ ਭਰੀ ਟਰੈਕਟਰ ਟਰਾਲੀ ਦੇ ਨਾਲ ਟਕਰਾ ਜਾਂਦੀ ਹੈ, ਜਿਸ ਤੋਂ ਬਾਅਦ ਕਾਰ ਦੇ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ। ਹਾਲਾਂਕਿ ਗਨੀਮਤ ਰਹਿੰਦੀ ਹੈ ਕਿ ਮੌਕੇ ਦੇ ਉੱਤੇ ਲੋਕਾਂ ਦੇ ਵੱਲੋਂ ਮੋਰਚਾ ਸੰਭਿਆ ਜਾਂਦਾ ਹੈ ਅਤੇ ਕਾਰ ਚਾਲਕ ਨੂੰ ਸਮਾਂ ਰਹਿੰਦੇ ਬਾਹਰ ਕੱਢ ਲਿਆ ਜਾਂਦਾ ਹੈ। ਹਾਲਾਂਕਿ ਕਿਹਾ ਜਾ ਰਿਹਾ ਕਿ ਜੋ ਕਾਰ ਦਾ ਚਾਲਕ ਸੀ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਤੂੜੀ ਦੇ ਨਾਲ ਭਰੇ ਟਰੈਕਟਰ ਟਰਾਲੀ ਨਾਲ ਕਾਰ ਦੀ ਟੱਕਰ ਹੋਈ, ਜਿਸ ਤੋਂ ਬਾਅਦ ਕਾਰ ਦੇ ਵਿੱਚ ਅਚਾਨਕ ਅੱਗ ਲੱਗ ਗਈ। ਹਾਲਾਂਕਿ ਅੱਗ ਲੱਗਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਾਰ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਅਤੇ ਇਸ ਦੇ ਨਾਲ ਹੀ ਕਿਹਾ ਜਾ ਰਿਹਾ ਕਿ ਕਰੀਬ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਕੜੀ ਮੁਸ਼ਕਤ ਤੋਂ ਬਾਅਦ ਇਸ ਅੱਗ ਦੇ ਉੱਤੇ ਕਾਬੂ ਪਾਇਆ। ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ।
ਸਰ ਕਿ ਚੰਡੀਗੜ੍ਹ ਰੋਡ ਤੇ ਰਾਤ ਕਰੀਬ ਕਿੰਨੇ ਕੁ ਵਜੇ ਜਿਹੜਾ ਐਕਸੀਡੈਂਟ ਹੋਇਆ ਵਾ, ਗੱਡੀ ਨੂੰ ਅੱਗ ਲੱਗੀ ਹੈ, ਕੀ ਮਾਮਲਾ ਹੈ ਸਰ? ਇਹ ਸਾਨੂੰ ਕੋਈ ਇਤਲਾਹ ਮਿਲੀ ਸੀ 2:30 ਵਜੇ ਦੇ ਕਰੀਬ ਵੀ ਇੱਦਾਂ ਦਾ ਕਾਰ ਤੇ ਟਰਾਲੀ ਦਾ ਟਰੈਕਟਰ ਟਰਾਲੀ ਦਾ ਐਕਸੀਡੈਂਟ ਹੋਇਆ। ਅਸੀਂ ਮੌਕੇ ਤੇ ਜਾ ਕੇ ਦੇਖਿਆ ਤੇ ਕਾਰ ਟਰੈਕਟਰ ਟਰਾਲੀ ਦੇ ਵਿੱਚ ਭੱਜੀ ਸੀ, ਅੱਗ ਲੱਗੀ ਸੀ। ਮੌਕੇ ਤੇ ਜਾ ਕੇ ਫਾਇਰ ਬ੍ਰਿਗੇਡ ਦੀ ਗੱਡੀ ਬੁਲਾ ਕੇ ਉਹਨਾਂ ਨੂੰ ਅੱਗ ਬੁਝਾਈ ਤੇ ਹਲੇ ਤੱਕ ਸਾਡੇ ਕੋਲ ਕੋਈ ਵੀ ਪਾਰਟੀ ਨਹੀਂ ਆਈ ਹੈਗੀ। ਜੇ ਉਹ ਆ ਗਈ ਪਾਰਟੀ ਉਹ ਜਿਹਾ ਬਿਆਨ ਲੈ ਕੇ ਜੈਸੀ ਸੂਰਤ ਅਸੀਂ ਕਾਰਵਾਈ ਕੀਤੀ ਜਾਵੇ। ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕਿਸੇ ਦਾ? ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈਗਾ, ਬਸ ਮਾਲੀ ਨੁਕਸਾਨ ਹੀ ਹੋਇਆ ਵਾ ਤੇ ਬਾਕੀ ਮਾੜੀ ਮੋਟੀਆਂ ਸੱਟਾਂ ਸੁੱਟਾਂ ਲੱਗੀਆਂ ਨੇ, ਉਹ ਕਿਤੇ ਹਸਪੀਟਲ 'ਚ ਆਉਣਾ। ਹਲੇ ਤੱਕ ਸਾਨੂੰ ਕੋਈ ਇੰਟੀਮੇਸ਼ਨ ਨਹੀਂ ਆਈ। ਲੱਗਦਾ ਗੱਡੀ ਕਿੰਨੀ ਕੁ ਦੀ ਸਪੀਡ ਹੋ ਸਕਦੀ ਜਿਹੜੀ ਵੀ ਗੱਡੀ ਦਾ ਜੋ ਕਾਫੀ ਭਿਆਨਕ ਦੇਖਿਆ ਜਾਵੇ, ਡੇਂਜਰ ਹਾਸਾ ਹੋਇਆ? ਨਹੀਂ, ਇਹਦਾ ਤਾਂ ਹੁਣ ਮਿਲ ਕੇ ਹੀ ਪਤਾ ਲੱਗੂਗਾ ਅਗਲੇ ਨੂੰ ਵੀ ਕਿੰਨੀ ਕੁ ਤੇਜ਼ ਸੀਗੀ। ਹਲੇ ਮੌਕੇ ਤੇ ਹਲੇ ਕੋਈ ਵੀ ਇਹੋ ਜਿਹੀ ਕੋਈ ਗੱਲਬਾਤ ਪਤਾ ਨਹੀਂ ਲੱਗੀ। ਗੱਡੀ ਦੇ ਵਿੱਚ ਸਰ ਕਿੰਨੇ ਕੁ ਜਾਣੇ ਬੈਠੇ ਸੀਗੇ? ਗੱਡੀ ਦੇ ਵਿੱਚ ਇੱਕੋ ਹੀ ਜਾਣਾ ਸੀਗਾ, ਟਰੈਕਟਰ ਟਰਾਲੀ ਵਾਲੇ ਦਾ ਨਹੀਂ ਪਤਾ ਲੱਗ ਸਕਿਆ ਹੈਗਾ ਵੀ ਕਿੰਨੇ ਜਾਣੇ ਉੱਤੇ ਸਵਾਰ ਸੀਗੇ। ਠੀਕ ਹੈ ਜੀ, ਤੇ ਬੰਦੇ ਦਾ ਸਰ ਬਚਾਅ ਹੋ ਗਿਆ ਜਿਹਨਾਂ ਦੇ ਹੋਇਆ? ਹਾਂ, ਬੰਦੇ ਦੋਨੇ ਠੀਕ ਨੇਗੇ, ਥੋੜੀਆਂ ਬਹੁਤੀਆਂ ਸੱਟਾਂ ਸੁੱਟਾਂ ਲੱਗੀਆਂ ਨੇਗੇ ਦੋਨਾਂ ਦੇ। ਇਹ ਗੱਡੀ ਸਰ ਹੈ ਕਿੱਥੇ, ਕਿੱਥੋਂ ਆਈ ਸੀ ਤੇ ਕਿੱਥੇ ਜਾ ਰਹੀ ਸੀਗੀ? ਇਹ ਚੰਡੀਗੜ੍ਹ ਵਾਲੀ ਸਾਈਡ ਤੋਂ ਆਈ ਸੀ, ਅੱਗੋਂ ਵਾਲੇ ਕੋਈ ਵੀ ਬੰਦਾ ਸਾਨੂੰ ਉੱਥੇ ਮੌਕੇ ਤੇ ਨਹੀਂ ਮਿਲਿਆ ਤੇ ਤਾਂ ਕਰਕੇ ਹਲੇ ਪਤਾ ਨਹੀਂ ਲੱਗ ਸਕਿਆ ਵੀ ਇਹਨਾਂ ਨੇ ਅੱਗੋਂ ਕਿੱਥੇ ਜਾਣਾ ਸੀ। ਆਈ ਚੰਡੀਗੜ੍ਹ ਤੋਂ ਸਾਈਡ ਤੋਂ ਸੀ, ਟਰੈਕਟਰ ਟਰਾਲੀ ਜਮਾਲਪੁਰ ਪਿੰਡ ਵਾਲੀ ਸਾਈਡ ਤੋਂ ਕ੍ਰੋਸ ਕਰਨ ਲੱਗਿਆ ਸੀ ਸੜਕ। ਸਰ ਕਿੰਨੀਆਂ ਗੱਡੀਆਂ ਲੱਗੀਆਂ ਫਾਇਰ ਬ੍ਰਿਗੇਡ ਦੀਆਂ? ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਆ ਗਈਆਂ ਮੌਕੇ ਤੇ। ਠੀਕ ਹੈ ਸਰ।